ਹਰਿਆਣਾ ਵਿੱਚ ਜੀਐਸਟੀ ਬਿੱਲ ਨੂੰ ਪਾਸ ਕਰਨ ਲਈ ਅੱਜ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ। ਇਸ ਮੌਕੇ ਤੇ ਕਈ ਹੋਰ ਅਹਿਮ ਬਿੱਲ ਵੀ ਪੇਸ਼ ਹੋਏ। ਵਿਧਾਨ ਸਭਾ ਦੀ ਕਾਰਵਾਈ ਬਾਰੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਅਭੈ ਚੌਟਾਲਾ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਬਿੱਲ ਤੇ ਚਰਚਾ ਲਈ ਵਕਤ ਹੀ ਨਹੀਂ ਦਿੱਤਾ। ਉਹਨਾਂ ਕਿਹਾ ਕਿ ਜ਼ਰੂਰੀ ਹੈ ਕਿ ਹਰ ਬਿੱਲ ਉੱਤੇ ਚਰਚਾ ਲਈ ਲੋੜੀਂਦਾ ਸਮਾਂ ਦਿੱਤਾ ਜਾਵੇ। ਉਧਰ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਨੇ ਕਿਹਾ ਹੈ ਕਿ ਸਰਕਾਰ ਇਸ ਮਸਲੇ ਤੇ ਗੌਰ ਕਰੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਘੱਟੋ ਘੱਟ 5 ਦਿਨ ਪਹਿਲਾਂ ਪੇਸ਼ ਕੀਤੇ ਜਾਣ ਵਾਲੇ ਬਿੱਲ ਦੀਆਂ ਕਾਪੀਆਂ ਵਿਧਾਇਕਾਂ ਤੱਕ ਪਹੁੰਚਦੀਆਂ ਕੀਤੀਆਂ ਜਾਣਗੀਆਂ। ਦੱਸ ਦਈਏ ਕਿ ਜੀਐਸਟੀ ਬਿੱਲ ਪਹਿਲਾਂ ਹੀ ਕੇਂਦਰ ਵੱਲੋਂ ਸੰਸਦ ਦੇ ਦੋਵਾਂ ਸਦਨਾਂ ਵਿੱਚ ਪਾਸ ਕੀਤਾ ਜਾ ਚੁੱਕਾ ਹੈ। ਬਾਰੇ ਮੇਂ ਵੀ ਉਨਕੋ ਆਸਵਾਸਨ ਦਿਆ ਕਿ ਆਨੇ ਵਾਲੇ ਟਾਈਮ ਮੇਂ ਹਮ ਇਸਕੋ ਯੇ ਕੋਈ ਪਰੰਪਰਾ ਅਬ ਨਹੀਂ ਚਲੀ ਹੈ, ਸਰਕਾਰ ਮੇਂ ਨਹੀਂ ਚਲੀ, ਯੇ ਪਹਿਲੇ ਸੇ ਚਲਤਾ ਰਹਾ ਹੈ, ਇਸੀ ਪ੍ਰਕਾਰ ਸੇ ਚਲਤਾ ਰਹਾ ਹੈ। ਲੇਕਿਨ ਆਜ ਜਬ ਉਨ੍ਹੋਂ ਧਿਆਨ ਦਿਲਾਇਆ ਤੋ ਮਾਨਯ ਮੁੱਖ ਮੰਤਰੀ ਜੀ ਨੇ ਕਿਹਾ ਕਿ ਅਬ ਹਮ ਇਸਕੋ ਨਿਸ਼ਚਿਤ ਕਰੇਂਗੇ ਕਿ 5 ਦਿਨ ਪਹਿਲੇ ਹਰ ਹਾਲਤ ਮੇਂ ਵੋ ਮੈਂਬਰ ਕੋ ਮਿਲੇਗੀ। ਇਹ ਤੋ ਸਰਕਾਰ ਕਾ ਅਧਿਕਾਰ ਹੈ ਕਿ ਸੈਸ਼ਨ ਕੋ ਕਿਤਨੇ ਦਿਨ ਤੱਕ ਚਲਾਏ। 5 ਬਿੱਲ ਆਏ ਹੈ, ਜੋ ਬਿੱਲ ਲੈ ਕਰ ਕੇ ਆਏ ਜੀਐਸਟੀ ਕਾ, ਮੇਰੇ ਖਿਆਲ 150 ਪੇਜ ਸੇ ਜ਼ਿਆਦਾ ਕਾ ਹੈ। ਅਬ ਤੱਕ ਉਸਕੀ ਪ੍ਰਤੀਆਂ ਜੋ ਹੈ ਕਿਸੀ ਵਿਧਾਇਕ ਕੇ ਪਾਸ ਨਹੀਂ ਹੈ। ਮੁਝੇ ਅਭੀ ਇੱਕ ਕਾਪੀ ਦੀ ਗਈ ਹੈ ਔਰ ਵੋ ਕਹਿਣੇ ਲੱਗੇ ਕਿ ਜੀ ਆਪ ਇਸ ਪੇ ਤਿਆਰੀ ਕਰਕੇ ਆ ਜਾਣਾ। ਮੈਂ ਵੋ 150 ਪੇਜ ਅਗਰ ਪੜ੍ਹਨੇ ਵੀ ਲਗੂੰਗਾ ਤੋ ਮਾਨ ਕੇ ਚਲੋ ਮੁਝੇ ਕਮ ਸੇ ਕਮ 3-4 ਘੰਟੇ ਕਾ ਵਕਤ ਚਾਹੀਏ। ਮੈਂ ਅਕੇਲਾ ਪੜ੍ਹ ਕਰਕੇ ਆ ਕਰਕੇ ਜਾਂ ਕਿਆ ਕਰੂੰਗਾ, ਮੇਰੇ ਸਾਰੇ ਸਾਥੀਓ ਕੇ ਪਾਸ ਉਸਕੀ ਕਾਪੀ ਹੋਣੀ ਚਾਹੀਏ ਥੀ। ਮਤਲਬ ਸਰਕਾਰ ਇੱਕ ਤਰਫ ਤੋਂ ਇਹ ਕਹਤੀ ਹੈ ਕਿ ਇਸਕੋ ਆਪ ਯੂਨਾਨੀਮਸਲੀ ਪਾਸ ਕਰਵਾਓ ਔਰ ਦੂਸਰੀ ਤਰਫ ਉਸ ਪਰ ਚਰਚਾ ਵੀ ਨਹੀਂ ਚਾਹਤੀ।